ਵਿਜ਼ਨ ਸੋਰਸ ਦੇ ਡਾਕਟਰ ਮਿਨੀ ਰੰਧਾਵਾ ਆਪਣੇ ਹਸਮੁਖ ਸੁਭਾਅ ਲਈ ਜਾਣੇ ਜਾਂਦੇ ਹਨ ਤੇ ਪੇਸ਼ੈਂਟਸ ਨੂੰ ਵਧੀਆ ਸੇਵਾਵਾਂ ਇੱਕ ਖੁਸ਼ਨੁਮਾ ਮਾਹੌਲ ਵਿੱਚ ਪ੍ਰਦਾਨ ਕਰਦੇ ਹਨ। ਆਓ ਤੇ ਅੱਖਾਂ ਦੀ ਪੂਰਨ ਸਿਹਤ ਅਤੇ ਨਿਊਟ੍ਰੀਸ਼ਨਲ ਇਵੈਲਿਊਏਸ਼ਨ ਕਰਾਓ ਅਤੇ ਅੱਖਾਂ ਦੀ ਸਹੀ ਸੰਭਾਲ ਵਾਸਤੇ ਐਕਸਰਸਾਈਜ਼ਸ ਦੀ ਜਾਣਕਾਰੀ ਵੀ ਲਓ। ਅਪ ਟੂ ਡੇਟ ਵਿਜ਼ਨ ਕੇਅਰ ਟੈਕਨੋਲੋਜੀ ਨਾਲ ਹਰ ਉਮਰ ਲਈ ਅੱਖਾਂ ਦੇ ਚੈੱਕਅਪਸ ਅਤੇ ਫਾਈਨੈਸਟ ਕੁਆਲਿਟੀ ਪ੍ਰਿਸਕ੍ਰਿਪਸ਼ਨ ਤੇ ਰੈਗੂਲਰ ਗਲਾਸਿਸ ਵਾਜਿਬ ਕੀਮਤਾਂ ਤੇ ਖਰੀਦੋ। ਵਿਜ਼ਨ ਸੋਰਸ 2625 ਈਸਟ 49th ਐਵਨਿਊ ਵੈਨਕੂਵਰ 604-435-4931। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਪ੍ਰੋਗਰਾਮ ਵਿੱਚ। ਪਿਛਲੇ ਹਫ਼ਤੇ ਤੋਂ ਇੱਕ ਨਵੀਂ ਸੀਰੀਜ਼ ਸ਼ੁਰੂ ਕੀਤੀ ਸੀ ਅਸੀਂ, ਜਿਸ ਵਿੱਚ ਕਿ ਕਿਵੇਂ ਇਨਸਾਨੀ ਰਿਸ਼ਤੇ ਜਿਹੜੇ ਹਨ, ਕਦਰਾਂ ਕੀਮਤਾਂ ਨੂੰ ਅਸੀਂ ਸਟਰੋਂਗ ਕਰਨਾ ਹੈ, ਗੁਰਬਾਣੀ ਦਾ ਸਹਾਰਾ ਲੈ ਕੇ ਉਸ ਬਾਰੇ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਸੀ। ਇਸ ਵਿੱਚ ਮੇਰਾ ਸਾਥ ਦਿੱਤਾ ਹੈ ਭਾਈ ਸਾਹਿਬ ਭਾਈ ਮੋਹਰ ਸਿੰਘ ਜੀ ਨੇ, ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਨੇ। ਅੱਜ ਆਓ ਇਹਨਾਂ ਕੋਲੋਂ ਜਾਣਕਾਰੀ ਲੈਣੀ ਕਿ ਗੁਰਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ ਕਿ ਸਭ ਤੋਂ ਪਵਿੱਤਰ ਅਤੇ ਸਭ ਤੋਂ ਨਜ਼ਦੀਕੀ ਦਾ ਜਿਹੜਾ ਸੰਬੰਧ ਹੈ ਉਹ ਹਸਬੈਂਡ ਅਤੇ ਵਾਈਫ, ਪਤੀ ਅਤੇ ਪਤਨੀ ਦਾ ਹੁੰਦਾ ਹੈ। ਇਸ ਦੇ ਵਿੱਚ ਜਿਹੜੇ ਫਰਕ ਪੈ ਰਹੇ ਨੇ, ਇਹ ਸ਼ੁਰੂਆਤ ਹੁੰਦੀ ਹੈ, ਮਤਭੇਦ ਸ਼ੁਰੂ ਹੁੰਦੇ ਨੇ ਵਿਚਾਰਕ ਤੌਰ ਦੇ ਉੱਤੇ, ਪਰ ਅੱਜ ਅਖੀਰ ਵਿੱਚ ਇਹ ਜਾ ਕੇ ਤਲਾਕ ਤੱਕ ਨੌਬਤ ਪਹੁੰਚ ਜਾਂਦੀ ਹੈ। ਅਤੇ ਇਹ ਨਹੀਂ ਕਿ ਇਹ ਸਿਰਫ ਨਵੇਂ ਜੋੜਿਆਂ 'ਚ ਹੀ ਗੱਲਾਂ ਦੇਖੀਆਂ ਜਾ ਰਹੀਆਂ, ਇਹਨਾਂ ਮੁਲਕਾਂ 'ਚ ਤਾਂ ਹੈਰਾਨੀ ਹੁੰਦੀ ਹੈ 20-25-30-30 ਸਾਲ ਤੋਂ ਬਾਅਦ ਵੀ ਇਸ ਉਹਨਾਂ ਨੂੰ ਮਿਲ ਜਾਂਦਾ ਹੈ ਕਿ ਕੋਈ ਡਾਇਵੋਰਸ ਕਰ ਰਿਹਾ। ਇਹ ਵਿਚਾਰਕ ਮਤਭੇਦ ਕਿਉਂ ਪੈਦਾ ਹੋ ਰਹੇ ਨੇ, ਕਿਵੇਂ ਇਹਨਾਂ ਨੂੰ ਅਸੀਂ ਖਤਮ ਕਰਨਾ ਹੈ, ਅਤੇ ਗੁਰਬਾਣੀ ਦਾ ਕਿਵੇਂ ਅਸੀਂ ਸਹਾਰਾ ਲੈ ਕੇ ਆਪਣੇ ਜੀਵਨ ਵਿੱਚ ਖੁਸ਼ਹਾਲੀ ਲਿਆਉਣੀ ਹੈ, ਆਓ ਇਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਭਾਈ ਮੋਹਰ ਸਿੰਘ ਨਾਲ। ਜੀ ਹਾਂ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਹਸਬੈਂਡ ਅਤੇ ਵਾਈਫ ਦਾ ਜੀ ਜਿਹੜਾ ਰਿਲੇਸ਼ਨਸ਼ਿਪ ਹੈਗਾ, ਇਹ ਤਾਂ ਹੋਣਾ ਚਾਹੀਦਾ ਓਪਨਨੈਸ, ਫਰੈਂਕਨੈਸ, ਤਾਂ ਕਿ ਇੱਕ ਦੂਸਰੇ 'ਤੇ ਵਿਸ਼ਵਾਸ ਹੋਵੇ। ਪਰ ਇਹ ਚੀਜ਼ਾਂ 'ਚ ਅਲੋਪ ਹੁੰਦੀਆਂ ਜਾ ਰਹੀਆਂ ਨੇ। ਇਹ ਤਕਨੀਕੀ ਯੁੱਗ ਦੇ ਵਿੱਚ ਅਸੀਂ ਬਹੁਤ ਤਰੱਕੀਆਂ ਕਰ ਰਹੇ ਹਾਂ, ਪਰ ਉਹ ਇਹ ਰਿਲੇਸ਼ਨਸ਼ਿਪ ਜਿਹੜੀ ਹੈਗੀ ਸੀ, ਇਹਦੇ ਵਿੱਚ ਜੋ ਇੱਕ ਆਧਾਰ ਹੁੰਦਾ ਸੀ ਉਹ ਨਜ਼ਰ ਨਹੀਂ ਆ ਰਿਹਾ। ਇਹ ਕੀ ਕਾਰਨ ਨੇ ਕਿ ਵਿਚਾਰਕ ਮਤਭੇਦ ਜਿਹੜੇ ਨੇ ਉਹ ਵੱਧ ਰਹੇ ਨੇ, ਅਤੇ ਕਿਸ ਤਰੀਕੇ ਨਾਲ ਗੁਰਬਾਣੀ ਦਾ ਸਹਾਰਾ ਲੈ ਕੇ ਅਸੀਂ ਇਸ ਦੇ ਉੱਤੇ ਠੱਲ ਪਾਉਣੀ ਜੀ? ਅਸੀਂ ਦੇਖਦੇ ਹਾਂ ਵੀਰ ਜੀ, ਪਤੀ ਔਰ ਪਤਨੀ ਦੇ ਅਰਥ ਨੂੰ ਹੀ ਪਤੀ ਪਤਨੀ ਨਹੀਂ ਸਮਝਿਆ। ਜਦੋਂ ਅਸੀਂ ਪਤਨੀ ਦਾ ਸੰਧੀ ਵਿਛੇਦ ਕਰਦੇ ਹਾਂ, ਦੋ ਸ਼ਬਦ ਬਣਦੇ ਨੇ, ਪਤ ਪਲੱਸ ਨੀ ਜੀ। ਨੀ ਦਾ ਮਤਲਬ ਹੈ ਸਰੂਪ, ਪਤ ਦਾ ਮਤਲਬ ਇੱਜ਼ਤ, ਪਤਨੀ ਦਾ ਮਤਲਬ ਇੱਜ਼ਤ ਦਾ ਸਰੂਪ। ਠੀਕ, ਮੰਨੋ ਕਿ ਇੱਜ਼ਤ ਪਤਨੀ ਦੇ ਰੂਪ ਵਿੱਚ ਆਪ ਪ੍ਰਗਟ ਹੋਈ, ਤੇ ਪਤੀ ਦਾ ਮਤਲਬ ਹੈ ਪਤ ਪਲੱਸ ਈ। ਈ ਦਾ ਮਤਲਬ ਈਸ਼ ਯਾਨੀ ਸਵਾਮੀ ਯਾਨੀ ਮਾਲਕ, ਇੱਜ਼ਤ ਦਾ ਮਾਲਕ ਜੀ। ਹੁਣ ਇੱਕ ਆਦਮੀ ਸ਼ਰਾਬ ਪੀ ਕੇ ਵਹਿਣੀ ਵਿੱਚ ਪਿਆ ਹੈ, ਉਹਦਾ ਮੂੰਹ ਕੁੱਤੇ ਚੱਟ ਰਹੇ ਨੇ, ਤਾਂ ਇੱਜ਼ਤ ਦਾ ਮਾਲਕ ਨਹੀਂ ਰਿਹਾ, ਉਹ ਬੇਇੱਜ਼ਤੀ ਦਾ ਮਾਲਕ ਹੋ ਗਿਆ। ਤਾਂ ਜੇਕਰ ਪਤੀ ਔਰ ਪਤਨੀ ਸਿਰਫ ਇਸ ਲਫ਼ਜ਼ ਦੇ ਮੀਨਿੰਗ ਸਮਝ ਲੈਂਦੇ ਨਾ, ਤਾਂ ਸ਼ਾਇਦ ਇਹ ਕੁਛ ਨਾ ਹੁੰਦਾ। ਲੇਕਿਨ ਫਿਰ ਵੀ ਆਪ ਜੀ ਨੇ ਜਿਹੜਾ ਸਵਾਲ ਕੀਤਾ ਕਿ ਜਿਹੜੇ ਪਤੀ ਪਤਨੀ ਦੇ ਵਿੱਚ ਵਿਚਾਰਕ ਮਤਭੇਦ ਹੋ ਕੇ ਗੱਲਾਂ ਤਲਾਕਾਂ ਤੱਕ ਪਹੁੰਚ ਰਹੀਆਂ ਨੇ, ਉਹਦੇ ਕੁਛ ਰੀਜ਼ਨ ਜਿਹੜੇ ਅੱਜ ਦੇ ਸਮਾਜ ਵਿੱਚ ਅਸੀਂ ਵੇਖਦੇ ਹਾਂ ਜੀ। ਸਭ ਤੋਂ ਪਹਿਲਾਂ ਰੀਜ਼ਨ ਦਾਜ ਔਰ ਦਹੇਜ ਦਾ ਹੈ, ਕਿਉਂਕਿ ਅੱਜ ਦੇ ਜਿਹੜੇ ਲੜਕੇ ਵਾਲੇ ਨੇ ਬਹੁਤੀ ਵਾਰੀ, ਸਾਰੇ ਤਾਂ ਨਹੀਂ ਲੇਕਿਨ ਬਹੁਤੀ ਵਾਰੀ, ਦਾਜ ਦਹੇਜ ਦੀ ਬਹੁਤ ਵੱਡੀ ਮੰਗ ਰੱਖਦੇ ਨੇ ਜੀ। ਜਿਸ ਕਰਕੇ ਕਈ ਵਾਰ ਤਾਂ ਆਨੰਦ ਕਾਰਜ ਦੇ ਸਮੇਂ ਹੀ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ, ਡਾਂਗ ਖੜਕ ਜਾਂਦੀ ਹੈ, ਉਹ ਕਿੰਨੀ ਸਾਰੀ ਅਸੀਂ ਰੋਜ਼ ਅਖਬਾਰਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ ਜੀ। ਉਸ ਤੋਂ ਬਾਅਦ ਕਈ ਵਾਰ ਐਸਾ ਹੁੰਦਾ ਕਿ ਪਹਿਲਾਂ ਤਾਂ ਲੋਕ ਕਹਿ ਦਿੰਦੇ ਨੇ ਕਿ ਸਾਨੂੰ ਦਹੇਜ ਦੀ ਲੋੜ ਨਹੀਂ, ਪਰ ਜਦੋਂ ਨੂੰਹ ਰਾਣੀ ਘਰ ਵਿੱਚ ਆ ਜਾਂਦੀ ਹੈ ਤਾਂ ਫਿਰ ਉਹਦੇ ਤੋਂ ਵਾਰ ਵਾਰ ਦਹੇਜ ਦੀ ਮੰਗ ਕੀਤੀ ਜਾਂਦੀ ਹੈ, ਅਤੇ ਉਹ ਵੀ ਕਈ ਵਾਰੀ ਆਤਮ ਹੱਤਿਆ ਦਾ ਜਾਂ ਵਿਚਾਰਕ ਮਤਭੇਦਾਂ ਦਾ ਸਾਧਨ ਬਣਦੀ ਹੈ ਜੀ। ਅਗਲੇ ਦੂਜਾ ਫਰਕ ਪੈਂਦਾ ਪਤੀ ਪਤਨੀ ਦੇ ਵਿੱਚ, ਜਿਹੜਾ ਵਿੱਦਿਆ ਦਾ ਫਰਕ ਹੈਗਾ। ਕਈ ਵਾਰੀ ਪਤੀ ਬਹੁਤ ਜ਼ਿਆਦਾ ਪੜ੍ਹਿਆ ਹੈ ਅਤੇ ਪਤਨੀ ਜ਼ਿਆਦਾ ਨਹੀਂ ਪੜ੍ਹੀ ਹੈਗੀ, ਤਾਂ ਉੱਥੇ ਵਿਚਾਰਕ ਮਤਭੇਦ ਹੋ ਜਾਂਦੇ ਨੇ। ਕਈ ਵਾਰ ਪਤਨੀ ਬਹੁਤ ਜ਼ਿਆਦਾ ਪੜ੍ਹੀ ਅਤੇ ਪਤੀ ਨਹੀਂ ਪੜ੍ਹਿਆ, ਉਹ ਫਿਰ ਮੈਂਟਲ ਲੈਵਲ ਬਰਾਬਰ ਨਹੀਂ ਹੈਗਾ ਜੀ। ਇਹ ਵੀ ਇੱਕ ਜਿਹੜਾ ਕਾਫੀ ਸਾਰਾ ਬਿਲਕੁਲ ਜੀ, ਇਹਨਾਂ ਮੁਲਕਾਂ 'ਚ ਖਾਸ ਤੌਰ 'ਤੇ ਕਾਫੀ ਵੱਡਾ ਇਹ ਫਰਕ ਹੈ, ਕਿਉਂਕਿ ਕਈ ਵਾਰੀ ਵੇਖਿਆ ਜਾਂਦਾ ਕਿ ਇੱਥੋਂ ਜਾ ਕੇ ਮੁੰਡਾ ਜਾਂ ਕੁੜੀ ਦਾ ਜਦੋਂ ਵਿਆਹ ਹੁੰਦਾ ਉੱਥੇ, ਉਹ ਉਸ ਲੈਵਲ 'ਤੇ ਜਿਹੜਾ ਹੈਗਾ ਉਹ ਨਹੀਂ ਹੁੰਦਾ, ਜਿਸ ਕਾਰਨ ਉਸ ਸਮੇਂ ਤਾਂ ਇਹ ਸਭ ਕੁਛ ਹੋ ਜਾਂਦਾ, ਲੇਕਿਨ ਬਾਅਦ ਦੇ ਵਿੱਚ ਆ ਕੇ ਇੱਥੇ ਪ੍ਰੋਬਲਮਸ ਹੁੰਦੀਆਂ। ਹਾਂ, ਇਹ ਪ੍ਰੋਬਲਮ ਆਉਂਦੀ ਹੈ ਜੀ। ਤੀਜਾ ਜਿਹੜਾ ਰੀਜ਼ਨ ਅਸੀਂ ਵੇਖਦੇ ਹਾਂ ਕਿ ਅੱਜ ਪਤਨੀ ਵੀ ਕੰਮ ਕਰ ਰਹੀ ਹੈ, ਪਤੀ ਵੀ ਕੰਮ ਕਰ ਰਿਹਾ, ਰਾਈਟ, ਤਾਂ ਕਈ ਵਾਰੀ ਇੱਕ ਬੰਦਾ ਪੈਸਾ ਜ਼ਿਆਦਾ ਕਮਾ ਰਿਹਾ, ਦੂਜਾ ਘੱਟ ਕਮਾ ਰਿਹਾ, ਤਾਂ ਫਿਰ ਉਹ ਵੀ ਹੈਂਕੜ ਜਮਾਈ ਜਾਂਦੀ ਕਿ ਮੈਂ ਪੈਸਾ ਜ਼ਿਆਦਾ ਕਮਾ ਰਿਹਾ, ਜੇ ਪਤਨੀ ਜ਼ਿਆਦਾ ਕਮਾਉਂਦੀ ਤਾਂ ਉਹ ਹੈਂਕੜ ਜਮਾ ਰਹੀ ਹੈ, ਜੇ ਪਤੀ ਜ਼ਿਆਦਾ ਕਮਾ ਰਿਹਾ ਤਾਂ ਉਹ ਹੈਂਕੜ ਜਮਾ ਰਿਹਾ, ਤਾਂ ਇਹ ਵੀ ਇੱਕ ਪੈਸਾ ਵੀ ਜਿਹੜਾ ਨਾ ਰੀਜ਼ਨ ਬਣ ਜਾਂਦਾ। ਫਿਰ ਪਤੀ ਔਰ ਪਤਨੀ ਦੇ ਅੰਦਰ ਇੱਕ ਵਿਚਾਰਕ ਮਤਭੇਦ ਜਾਂ ਦੂਰੀਆਂ ਦਾ ਕਾਰਨ ਇਹ ਹੈਗਾ, ਕਈ ਵਾਰੀ ਜਿਹੜੀ ਘਰ ਵਾਲੀ ਹੈਗੀ ਹੈ ਜੀ, ਉਹ ਆਪਣੇ ਪੇਕਿਆਂ ਦੀ ਸਿਫਤ ਹਰ ਵਕਤ ਕਰਦੀ ਰਹਿੰਦੀ ਹੈ, ਮੇਰੇ ਪੇਕੇ ਵਿੱਚ ਇਹ ਸੀ, ਇੱਥੇ ਤਾਂ ਕੁਛ ਵੀ ਨਹੀਂ ਹੈ, ਜਾਂ ਆਪਣੇ ਪੇਕਿਆਂ ਦਾ ਪੱਖ ਲੈਂਦੀ ਹੈ, ਤਾਂ ਉਹ ਵੀ ਰੀਜ਼ਨ ਬਣ ਜਾਂਦਾ। ਔਰ ਕਈ ਵਾਰ ਜਿਹੜਾ ਲੜਕਾ ਹੈ
ਉਹ ਆਪਣੇ ਪਰਿਵਾਰ ਦੀ ਦਾਦੀ ਉਹ ਗੱਲ ਕਰਦਾ ਹੈ ਜੀ, ਔਰ ਪਤਨੀ ਦੇ ਪੇਕਿਆਂ ਨੂੰ ਨੀਵਾਂ ਵਿਖਾਉਂਦਾ ਹੈ, ਤਾਂ ਇਹ ਵੀ ਜਿਹੜੇ ਨੇ ਵਿਚਾਰਕ ਮਤਭੇਦਾਂ ਦਾ ਕਾਰਨ ਜਿਹੜੇ ਨੇ ਬਣ ਰਹੇ ਨੇ। ਦੂਜੇ ਨੰਬਰ 'ਤੇ ਹੈਗੀ ਹੈ ਕਿ ਪੇਕਿਆਂ ਦੀ ਜਿਹੜੀ ਇੰਟਰਫੇਅਰ ਹੈ ਜੀ, ਇੰਟਰਫੇਅਰ ਕਰਦੇ ਨੇ ਲੜਕੀ ਦੇ ਪੇਕੇ, ਤਾਂ ਉਹ ਵੀ ਰੀਜ਼ਨ ਬਣ ਜਾਂਦੇ ਨੇ, ਲੜਕੀ ਨੂੰ ਗਲਤ ਫਿੱਲੀ ਦਿੰਦੇ ਨੇ ਜਾਂ ਗਲਤ ਤਰ੍ਹਾਂ ਨਾਲ ਗਾਈਡੈਂਸ ਦਿੰਦੇ ਨੇ, ਤਾਂ ਉਹ ਵੀ ਇੱਕ ਕਾਫੀ ਸਾਰੇ ਪਰਿਵਾਰਾਂ ਦੇ ਵਿੱਚ ਇੱਕ ਦੂਜੇ ਦੀ ਦੂਰੀ ਵਧਣ ਦਾ ਕਾਰਨ ਬਣਦਾ ਹੈ। ਤੀਜਾ ਹੈਗਾ ਮਾਨਸਿਕਤਾ। ਕਈ ਵਾਰ ਮਾਨਸਿਕਤਾ ਦਾ ਲੈਵਲ ਇੱਕ ਨਹੀਂ ਹੁੰਦਾ, ਇੱਕ ਦੀ ਮਾਨਸਿਕਤਾ ਬੜੀ ਵਿਸ਼ਾਲ ਹੈ, ਰਾਈਟ, ਉਹਦੀ ਮਾਨਸਿਕਤਾ ਬੜੀ ਚੰਗੀ ਹੈ, ਧਾਰਮਿਕ ਹੈ, ਪਰ ਦੂਜੇ ਪੱਖ ਦੀ ਪਤਨੀ ਦੀ ਜਾਂ ਪਤੀ ਦੀ ਜਿਹੜੀ ਮਾਨਸਿਕਤਾ ਉਹ ਇੱਥੇ ਖੜੀ ਹੈ ਕਿ ਫਿਲਮਾਂ ਵੇਖਣ ਤੱਕ ਹੀ ਚੱਲੀਏ ਜਾਂ ਖਾਣ ਪੀਣ ਤੱਕ ਹੀ, ਉਹਦੀ ਵਿਕਾਸ ਵਾਲੀ ਮਾਨਸਿਕਤਾ ਹੀ ਨਹੀਂ ਹੈ ਜੀ, ਤਾਂ ਉਹ ਮਾਨਸਿਕਤਾ ਵੀ ਜਿਹੜੀ ਹੈ ਇਹਨਾਂ ਦਾ ਰੀਜ਼ਨ ਬਣ ਰਹੀ ਹੈ। ਠੀਕ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇੱਕ ਹੋਰ ਚੀਜ਼ ਹੈ ਜਿਹਨੂੰ ਆਮ ਆਦਮੀ ਨੇ ਨਹੀਂ ਸਮਝਿਆ ਜੀ, ਉਹ ਹੈਗਾ ਪਰਸਨੈਲਿਟੀ ਡਿਸਆਰਡਰ। ਬਹੁਤ ਸਾਰੇ ਪਤਨੀ ਦੀ ਔਰ ਪਤੀ ਦੀ ਗਲਤੀ ਨਹੀਂ ਹੁੰਦੀ, ਉਹ ਪਰਸਨੈਲਿਟੀ ਡਿਸਆਰਡਰ ਹੁੰਦਾ ਹੈ, ਰਾਈਟ, ਤੇ ਪਰਸਨੈਲਿਟੀ ਡਿਸਆਰਡਰ ਕਰਕੇ ਉਹ ਉਸ ਟਾਈਪ ਦਾ ਬਿਹੇਵ ਕਰੀ ਜਾਂਦਾ ਹੈ। ਠੀਕ ਹੈ ਜੀ। ਨਾ ਉਹਨੂੰ ਪਤਨੀ ਸਮਝ ਪਾਉਂਦੀ, ਜੇ ਪਤਨੀ ਪਤੀ ਦੇ ਅੰਦਰ ਪਰਸਨੈਲਿਟੀ ਡਿਸਆਰਡਰ ਹੈਗਾ ਤਾਂ ਪਤਨੀ ਉਹਨੂੰ ਸਮਝ ਨਹੀਂ ਪਾਉਂਦੀ ਜੀ, ਜੇ ਪਤਨੀ ਵਿੱਚ ਪਰਸਨੈਲਿਟੀ ਡਿਸਆਰਡਰ ਹੈ ਤਾਂ ਪਤੀ ਨਹੀਂ ਸਮਝ ਪਾਉਂਦਾ, ਤੇ ਉਹ ਪਰਸਨੈਲਿਟੀ ਡਿਸਆਰਡਰ ਵੀ ਉਹਨਾਂ ਦੇ ਟੁੱਟਣ ਦਾ ਕਾਰਨ ਬਣ ਜਾਂਦੇ ਨੇ। ਪਰਸਨੈਲਿਟੀ ਡਿਸਆਰਡਰ ਵਾਸਤੇ ਅਸੀਂ ਕਿਸੇ ਵੀ ਮਨੋਵਿਗਿਆਨਿਕ ਦੀ ਜਾਂ ਸਾਈਕੈਟ੍ਰਿਕ ਦੀ ਸਲਾਹ ਲੈ ਸਕਦੇ ਹਾਂ, ਅੱਜ ਇਹਨਾਂ ਚੀਜ਼ਾਂ ਦੀਆਂ ਦਵਾਈਆਂ ਮਿਲ ਜਾਂਦੀਆਂ ਨੇ ਔਰ ਉਹਨਾਂ ਨੂੰ ਕੰਸਲਟ ਵੀ ਕੀਤਾ ਜਾ ਸਕਦਾ ਹੈ ਜੀ। ਔਰ ਖਾਸ ਕਰਕੇ ਇੱਕ ਹੋਰ ਬਿਮਾਰੀ ਹੈਗੀ ਫੋਬੀਆ। ਫੋਬੀਆ ਵੀ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਟੁੱਟਣ ਦਾ ਕਾਰਨ ਬਣਦਾ ਹੈ, ਜਿਸ ਤਰ੍ਹਾਂ ਪਤਨੀ ਨੂੰ ਸ਼ੱਕ ਹੋ ਜਾਂਦਾ ਹੈ ਪਤੀ ਦੇ ਕਰੈਕਟਰ 'ਤੇ, ਹਾਲਾਂਕਿ ਉਹ ਕਰੈਕਟਰ ਲੈਸ ਨਹੀਂ ਹੈ, ਲੇਕਿਨ ਸ਼ੱਕ ਹੋ ਜਾਂਦਾ ਹੈ ਤਾਂ ਉਹ ਸ਼ੱਕ ਕਾਰਨ ਬਣ ਜਾਂਦਾ ਹੈ। ਕਈ ਵਾਰੀ ਪਤੀ ਨੂੰ ਸ਼ੱਕ ਹੋ ਜਾਂਦਾ ਹੈ, ਕਈ ਵਾਰੀ ਪਤਨੀ ਨੂੰ ਇਹ ਸ਼ੱਕ ਹੁੰਦਾ ਹੈ ਕਿ ਮੇਰੀ ਸੱਸ ਔਰ ਮੇਰਾ ਸਹੁਰਾ ਮੇਰੇ ਖਿਲਾਫ ਗੱਲਾਂ ਕਰਦੇ ਨੇ, ਕਰਦੇ ਨਹੀਂ ਲੇਕਿਨ ਉਹਨੂੰ ਸ਼ੱਕ ਹੋ ਗਿਆ। ਇਸੇ ਤਰ੍ਹਾਂ ਕਈ ਵਾਰ ਪਤੀ ਨੂੰ ਸ਼ੱਕ ਹੋ ਜਾਂਦਾ ਹੈ ਕਿ ਮੇਰੇ ਖਿਲਾਫ ਸਾਜ਼ਿਸ਼, ਇਹ ਫੋਬੀਆ ਹੈਗਾ। ਜੇਕਰ ਕਿਸੇ ਘਰ ਪਰਿਵਾਰ ਦੇ ਵਿੱਚ ਐਸਾ ਹੈ ਤਾਂ ਉਹਨਾਂ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ। ਔਰ ਅੱਜ ਕੱਲ੍ਹ ਜਿਹਨੂੰ ਅਸੀਂ ਕਹਿੰਦੇ ਨਾ ਵਹਿਮ ਦਾ ਇਲਾਜ ਨਹੀਂ, ਅੱਜ ਵਹਿਮ ਦਾ ਵੀ ਇਲਾਜ ਹੈ। ਇਹ ਬਹੁਤ ਸਾਰੇ ਰੀਜ਼ਨ ਨੇ ਜਿਹੜੇ ਪਤਨੀ ਔਰ ਪਤੀ ਦੇ ਅੰਦਰ ਦੂਰੀਆਂ ਵਧਾ ਰਹੇ। ਰਾਈਟ। ਸੋ ਇਹ ਮਤਭੇਦ ਜਦੋਂ ਸ਼ੁਰੂ ਹੁੰਦੇ ਨੇ ਕਿਉਂਕਿ ਕਮਿਊਨੀਕੇਸ਼ਨ ਨਹੀਂ ਹੁੰਦੀ, ਇੱਕ ਦੂਸਰੇ ਤੋਂ ਛੁਪਾ ਕੇ ਇੱਕ ਦੂਸਰੇ ਤੋਂ ਹੈਂਕੜਬਾਜ਼ੀ, ਜਿਹੜੀ ਦਾ ਤੁਸੀਂ ਜ਼ਿਕਰ ਕੀਤਾ ਕਿ ਮੈਨੂੰ ਜ਼ਿਆਦਾ ਪਤਾ ਹੈ ਜਾਂ ਮੈਂ ਘੱਟ ਕਮਾ ਰਿਹਾ ਜਾਂ ਕੋਈ ਵੱਧ ਕਮਾ ਰਿਹਾ, ਇਹ ਇੱਕ ਇਨਫੀਰੀਅਰਿਟੀ ਕੰਪਲੈਕਸ ਵੀ ਹੋ ਜਾਂਦਾ ਅਤੇ ਸੁਪਰੀਓਰਿਟੀ ਕੰਪਲੈਕਸ ਵੀ ਹੋ ਜਾਂਦਾ, ਜਿਸ ਕਾਰਨ ਉਹ ਕਮਿਊਨੀਕੇਸ਼ਨ ਸਟਰੋਂਗ ਨਹੀਂ ਹੁੰਦੀ। ਗੁਰਬਾਣੀ ਵਿੱਚ ਸਾਨੂੰ ਜੋ ਉਪਦੇਸ਼ ਮਿਲਦਾ ਕਿ ਜੀ ਦੋ ਮੂਰਤਾਂ ਪਰ ਸੋਲ ਤਾਂ ਇੱਕੋ ਹੀ ਹੈਗੀ ਹੈ, ਇਹ ਕਮਿਊਨੀਕੇਸ਼ਨ ਨੂੰ ਕਿਵੇਂ ਸਟਰੋਂਗ ਕੀਤਾ ਜਾਏ? ਕਿਉਂਕਿ ਜੇਕਰ ਇਹੀ ਆਧਾਰ ਨਹੀਂ ਰਹੇਗਾ ਤਾਂ ਕੱਲ੍ਹ ਨੂੰ ਇਹਨਾਂ ਨੇ ਹਸਬੈਂਡ ਵਾਈਫ ਨੇ ਮਾਂ ਪਿਓ ਬਣਨਾ ਹੈ, ਉਹ ਕੀ ਰੋਲ ਮਾਡਲਸ ਬਣ ਸਕਣਗੇ ਆਪਣੇ ਬੱਚਿਆਂ ਵਾਸਤੇ? ਜੋ ਗੁਰਬਾਣੀ ਸਾਨੂੰ ਪੂਰੀ ਦੁਨੀਆਂ ਨੂੰ ਸੰਦੇਸ਼ ਦਿੰਦੀ ਹੈ, ਸਿਰਫ ਚਾਰ ਗੱਲਾਂ ਨੇ ਜੀ। ਜੇ ਪਤੀ ਪਤਨੀ ਇਹਨਾਂ ਚਾਰ ਗੱਲਾਂ ਨੂੰ ਅਪਣਾ ਲੈਣ ਤਾਂ ਮੈਂ ਗਾਰੰਟੀ ਦੇ ਨਾਲ ਕਹਿ ਸਕਦਾ ਕਦੀ ਵੀ ਤਲਾਕ ਨਹੀਂ ਹੋਏਗੀ, ਕਦੀ ਵਿਚਾਰਕ ਮਤਭੇਦ ਪੈਦਾ ਨਹੀਂ ਹੋਣਗੇ। ਉਹ ਚਾਰ ਦੀਆਂ ਚਾਰ ਗੱਲਾਂ ਆਨੰਦ ਕਾਰਜ ਦੇ ਸਮੇਂ ਜੋ ਚਾਰ ਲਾਵਾਂ ਪੜੀਆਂ ਜਾਂਦੀਆਂ ਅਤੇ ਉਹਨਾਂ ਚਾਰ ਲਾਵਾਂ ਦੇ ਅੰਦਰ ਚਾਰ ਨੁਕਤੇ ਨੇ ਜ਼ਿੰਦਗੀ ਨੂੰ ਸਫਲ ਕਰਨ ਵਾਸਤੇ ਜੀ। ਪਹਿਲਾ ਨੁਕਤਾ ਹਰ ਪਹਿਲੜੀ ਲਾਂਗ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਪ੍ਰਵਿਰਤੀ ਕਰਮ ਦੋ ਨੇ, ਨਿਵਿਰਤੀ ਔਰ ਪ੍ਰਵਿਰਤੀ। ਨਿਵਿਰਤੀ ਦਾ ਮਤਲਬ ਸੰਸਾਰ ਦਾ ਤਿਆਗ ਜੀ, ਅਤੇ ਪ੍ਰਵਿਰਤੀ ਦਾ ਮਤਲਬ ਹੁੰਦਾ ਹੈ ਗ੍ਰਸਤੀ ਬਣ ਕੇ ਨਾਮ ਸਿਮਰਨ ਦਾ ਉੱਦਮ ਕਰ। ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਗ੍ਰਸਤੀ ਬਣਨਾ ਹੈ। ਔਰ ਗ੍ਰਸਤ ਦੇ ਅੰਦਰ ਸਿੱਖ ਨੇ ਸਵਾਲ ਕੀਤਾ ਕਿ ਪਾਤਸ਼ਾਹ ਗ੍ਰਸਤ ਨੂੰ ਚਲਾਉਣ ਲਈ ਤਾਂ ਲੋਕ ਦੋ ਨੰਬਰ ਦੇ ਧੰਦੇ ਕਰਦੇ ਨੇ, ਝੂਠ ਬੋਲਦੇ ਨੇ, ਮੈਂ ਆਪਣੇ ਗ੍ਰਸਤ ਨੂੰ ਕਿਵੇਂ ਚਲਾਵਾਂ ਜੀ? ਤਾਂ ਪਹਿਲੀ ਲਾਮ ਵਿੱਚ ਜੋ ਨੁਕਤਾ ਦਿੱਤਾ ਜਾ ਰਿਹਾ ਉਹ ਵੀ ਕਿ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਦਾਇਆ ਬਲ ਰਾਮ ਜੀ, ਉਹ ਕਿ ਗੁਰਬਾਣੀ ਤੋਂ ਅਗਵਾਈ ਲੈਣੀ ਹੈ। ਧਰਮ ਦ੍ਰਿੜੋ ਦਾ ਮਤਲਬ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ, ਸੱਚ ਨੂੰ ਬੇਸ ਬਣਾ ਕੇ। ਪਾਪ ਤਦਾਇਆ ਬਲਰਾਮ ਜੀ, ਔਰ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨ ਲੱਗਿਆਂ ਪਾਪ ਨਹੀਂ ਗ੍ਰਸਤ ਦੇ ਅੰਦਰ ਕਰਨਾ, ਰਾਈਟ। ਜੇ ਪਾਪ ਹੋਏਗਾ ਤਾਂ ਫਿਰ ਗ੍ਰਸਤ ਸਹੀ ਨਹੀਂ ਚੱਲੇਗਾ। ਠੀਕ। ਪਹਿਲੀ ਗੱਲ ਪਾਪਾਂ ਦਾ ਤਿਆਗ, ਸੱਚ ਨੂੰ ਬੇਸ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ। ਠੀਕ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ। ਹੁਣ ਦੂਜੀ ਲਾਮ ਵਿੱਚ ਦੱਸਦੇ ਨੇ ਕਿ ਸਤਿਗੁਰ ਦੀ ਸ਼ਰਨ ਵਿੱਚ ਜਾਣਾ ਹੈ, ਕਿਉਂਕਿ ਤੈਨੂੰ ਪਤਾ ਨਹੀਂ ਲੱਗਣਾ ਵੀ ਸਿੱਖਾ ਪਾਪ ਕੀ ਹੈ ਔਰ ਪੁੰਨ ਕੀ ਹੈ। ਜੇ ਅਸੀਂ ਪਾਪ ਪੁੰਨ ਦਾ ਨਖੇੜਾ ਕਰੀਏ ਨਾ, ਅਸੀਂ ਕਰ ਹੀ ਨਹੀਂ ਪਾਵਾਂਗੇ। ਠੀਕ। ਮੰਨ ਲਓ ਘਰ ਵਿੱਚ ਕੋਈ ਗਾਂ ਮੱਝ ਹੈ, ਉਹਨੂੰ ਕੀੜੇ ਪੈ ਜਾਂਦੇ ਨੇ ਜੀ, ਅਸੀਂ ਕੀੜੇ ਮਾਰਨ ਵਾਲੀ ਦਵਾਈ ਪਾਉਂਦੇ ਹਾਂ, ਕੀੜੇ ਮਰਨਗੇ ਪਾਪ ਲੱਗੇਗਾ। ਠੀਕ ਹੈ। ਅਤੇ ਜੇ ਕੀੜਿਆਂ ਵਾਲੀ ਦਵਾਈ ਨਹੀਂ ਪਾਉਂਦੇ ਮੱਝ ਮਰ ਜਾਏਗੀ ਤਾਂ ਪਾਪ ਲੱਗੇਗਾ। ਹੁਣ ਪੁੰਨ ਕਿਹਨੂੰ ਕਵੀਏ ਔਰ ਪਾਪ ਕਿਹਨੂੰ ਕਹੀਏ, ਰਾਈਟ। ਇਸੇ ਤਰ੍ਹਾਂ ਕਈ ਸਾਰੀ ਲੰਬੀ ਚੌੜੀ ਵਿਚਾਰ ਕੀਤੀ ਜਾ ਸਕਦੀ। ਪੁੰਨ ਔਰ ਪਾਪ ਦਾ, ਚੰਗੇ ਔਰ ਮਾੜੇ ਦਾ, ਹਾਨੀ ਲਾਭ ਦਾ, ਆਤਮ ਅਨਾਤਮ ਦਾ ਆਮ ਬੰਦੇ ਨੂੰ ਸਮਝ ਨਹੀਂ ਆਉਣੀ ਕਿਉਂਕਿ ਸੰਸਾਰ ਵਿਸ਼ਾਲ ਹੈ ਅਤੇ ਬੰਦਾ ਭੁੱਲਣ ਵਿੱਚ। ਗੁਰੂ ਅਭੁੱਲੇ
ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਤੂੰ ਗੁਰਬਾਣੀ ਤੋਂ ਅਗਵਾਈ ਲੈ, ਜਿਸ ਕਰਕੇ ਤੈਨੂੰ ਸਮਝ ਪਵੇ ਕਿ ਪੁੰਨ ਕੀ ਹੈ, ਪਾਪ ਕੀ ਹੈ, ਹਾਨੀ ਕੀ, ਲਾਭ ਕੀ। ਅਤੇ ਜੇ ਦੋਵੇਂ ਹੀ ਪਤੀ ਪਤਨੀ ਗੁਰਬਾਣੀ ਤੋਂ ਅਗਵਾਈ ਲੈਣ ਜੀ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਤਾਂ ਵਿਚਾਰਕ ਮਤਭੇਦ ਨਹੀਂ ਹੋਣਗੇ। ਠੀਕ। ਤੀਜੀ ਲਾਮ ਦੇ ਅੰਦਰ ਤੀਜਾ ਨੁਕਤਾ ਦੱਸ ਰਹੇ ਨੇ, ਹਰ ਤੀਜੜੀ ਲਾਮ ਮਨ ਚਾਓ ਪਿਆ, ਬੈਰਾਗੀਆ ਬਲਰਾਮ ਜੀ ਉਹ ਜੀ। ਚਾਓ ਪਿਆ ਮੀਨਸ ਚੜ੍ਹਦੀ ਕਲਾ, ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚ, ਹਮੇਸ਼ਾ ਖੁਸ਼ੀਆਂ, ਆਨੰਦ, ਖੇੜਾ, ਵਿਕਾਸ ਦਾ। ਰਾਈਟ। ਤਾਂ ਚੜ੍ਹਦੀ ਕਲਾ ਦੇ ਅੰਦਰ ਰਹਿਣਾ। ਦੇਖੋ, ਚੜ੍ਹਦੀ ਕਲਾ ਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ ਆਮ ਗ੍ਰਸਤੀ ਜ਼ਿੰਦਗੀ ਵਿੱਚ? ਅੱਜ ਗਰਮੀ ਹੈ ਅਤੇ ਮੈਂ ਸੋਚਦਾ ਗਰਮੀ ਨੇ ਨਾਸ ਮਾਰ ਦੇਣਾ, ਹੁਣ ਤਾਂ ਸਕਿਨ ਕੈਂਸਰ ਹੋ ਜਾਣਾ, ਚਮੜੀ ਸੜ ਜਾਏਗੀ, ਗਰਮੀ ਤਾਂ ਤੋਬਾ ਤੋਬਾ ਮੇਰੇ ਖੁਦਾ। ਦੂਜਾ ਬੰਦਾ ਹੁਣ ਤੁਸੀਂ ਕਹਿੰਦੇ ਹੋ ਕਿ ਗਰਮੀ ਆਈ ਹੈ, ਕਿਆ ਬਾਤ, ਮਜ਼ਾ ਆਏਗਾ, ਅਸੀਂ ਸਨ ਬਾਤ ਕਰਾਂਗੇ, ਕੋਈ ਕੋਕ ਪੀਵਾਂਗੇ, ਸਕੰਜਵੀ ਪੀਵਾਂਗੇ, ਤੁਸੀਂ ਉਹਨੂੰ ਪੋਜ਼ਿਟਿਵ ਲੈ ਰਹੇ ਹੋ, ਗਰਮੀ ਨੇ ਤਾਂ ਗਰਮੀ ਰਹਿਣਾ ਹੈ। ਬਿਲਕੁਲ। ਤਾਂ ਮੈਂ ਉਹਨੂੰ ਨੈਗੇਟਿਵ ਲੈਂਦਾ ਜਾਂ ਪੋਜ਼ਿਟਿਵ ਲੈਂਦਾ ਵਾ? ਤਾਂ ਇਸ ਤਰ੍ਹਾਂ ਹਰ ਚੀਜ਼ ਨੂੰ ਪੋਜ਼ਿਟਿਵ ਲੈਣਾ, ਸਕਾਰਾਤਮਕ ਸੋਚ, ਚੜ੍ਹਦੀ ਕਲਾ ਦੇ ਵਿੱਚ ਰਹਿਣਾ ਜੀ। ਬੈਰਾਗੀਆ ਬਲਰਾਮ ਜੀ ਉਹਦਾ ਮਤਲਬ ਵਿਕਾਰਾਂ ਦਾ ਤਿਆਗ ਕਰਕੇ ਸ਼ੁਭ ਗੁਣਾਂ ਦੇ ਧਾਰਨੀ ਹੋਣਾ ਔਰ ਗੁਰਮਤ ਦੇ ਨਾਲ ਪਿਆਰ ਕਰਨਾ। ਠੀਕ। ਤਿੰਨ ਗੱਲਾਂ ਹੋਈਆਂ ਜੀ। ਚੌਥੀ ਗੱਲ ਹੈ ਕਿ ਹਰ ਚੌਥੜੀ ਲਾਮ ਮਨ ਸਹਿਜ ਪਿਆ, ਜੀਵਨ ਦੇ ਅੰਦਰ ਸਹਿਜ ਆ ਜਾਏ। ਰਾਈਟ। ਤੇ ਸਹਿਜ ਦਾ ਮਤਲਬ ਇਸ ਤਰ੍ਹਾਂ ਸਮਾਧੀ ਲਾ ਕੇ ਬਹਿ ਜਾਣਾ ਨਹੀਂ ਹੈ, ਸਹਿਜ ਦਾ ਮਤਲਬ ਹੈ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਠੀਕ। ਜਿਹੜੀਆਂ ਤਿੰਨ ਗੱਲਾਂ ਅਸੀਂ ਉੱਤੇ ਵਿਚਾਰੀਆਂ ਨੇ ਉਹ ਸਾਡੀ ਮਾਨਸਿਕਤਾ ਵਿੱਚ ਵੀ ਹੋਣ, ਉਹ ਸਾਡੇ ਬੋਲਾਂ ਵਿੱਚ ਵੀ ਹੋਣ। ਰਾਈਟ। ਔਰ ਉਹ ਸਾਡੇ ਵਿਹਾਰ ਦੇ ਵਿੱਚ ਵੀ ਹੋਣ। ਜਦੋਂ ਇਹ ਚੀਜ਼ਾਂ ਆ ਜਾਣਗੀਆਂ ਫਿਰ ਕੀ ਹੋਏਗਾ, ਹਰ ਪਾਇਆ ਬਲਰਾਮ ਜੀ ਉਹ ਤੁਸੀਂ ਰੱਬ ਨੂੰ ਪਾ ਲਓਗੇ, ਤੁਸੀਂ ਰੱਬ ਵਰਗੇ ਹੋ ਜਾਓਗੇ। ਇਹਨੂੰ ਕਹਿੰਦੇ ਨੇ ਧੰਨ ਪਿਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ ਧੰਨ ਪਿਰ ਕਹੀਏ। ਸੋ ਇਹ ਜੋਤ ਦਾ ਮਤਲਬ ਫਿਲੋਸਫੀ, ਵਿਚਾਰਧਾਰਾ, ਕਿ ਉਹਨਾਂ ਦੀ ਵਿਚਾਰਕ ਸਾਂਝ ਹੋਵੇ, ਵੇਖਣ ਨੂੰ ਦੋ ਹੋਣ ਲੇਕਿਨ ਵਿਚਾਰਕ ਸਾਂਝ ਹੋਵੇ। ਤਾਂ ਜੇ ਅਸੀਂ ਇਹ ਚਾਰ ਲਾਵਾਂ ਦੇ ਅੰਦਰ ਜੋ ਸਾਨੂੰ ਚਾਰ ਸੰਦੇਸ਼ ਦਿੱਤੇ ਗਏ ਇਹਨਾਂ ਨੂੰ ਅਪਣਾ ਲਵੀ ਤਾਂ ਜ਼ਿੰਦਗੀ ਦੇ ਅੰਦਰ ਕਦੀ ਇਹ ਦੁਖਾਂਤ ਨਹੀਂ ਵਾਪਰਨਗੇ। ਬਹੁਤ ਖੂਬ ਜੀ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਕਿ ਜਦੋਂ ਚੋਣ ਕਰਨੀ ਹੈ, ਕਿਉਂਕਿ ਇੱਥੋਂ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ ਜਿੱਥੋਂ ਅਸੀਂ ਆਏ, ਉੱਥੇ ਜਾ ਕੇ ਹੀ ਅਸੀਂ ਲੜਕਾ ਜਾਂ ਲੜਕੀ ਜਿਹੜੇ ਉੱਥੋਂ ਜਾ ਕੇ ਚੁਣਦੇ ਹੈਗੇ ਹਾਂ। ਇਸ ਸੰਬੰਧ ਵਿੱਚ ਵੀ ਜਿਹੜੇ ਤੁਸੀਂ ਚਾਰ ਪੁਆਇੰਟਸ ਪਹਿਲਾਂ ਦੱਸੇ ਸੀ ਕਿ ਕਈ ਵਾਰੀ ਉਹ ਬੈਲੈਂਸ ਨਹੀਂ ਹੁੰਦਾ ਹੈਗਾ ਕਿ ਪੜ੍ਹਾਈ ਜਾ ਰਹੀ ਹੈ ਜਾਂ ਮਾਨਸਿਕਤਾ ਮਿਲ ਨਹੀਂ ਰਹੀ, ਸੋ ਜਦੋਂ ਚੋਣ ਕਰਨੀ ਹੈ ਉਸ ਸਮੇਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਤਾਂ ਕਿ ਇਹ ਬਾਅਦ ਦੇ ਵਿੱਚ ਇਸ਼ੂਜ਼ ਨਾ ਹੋਣ। ਅਤੇ ਨਾਲ ਹੀ ਦੂਸਰੇ ਪਾਸੇ ਇਹ ਤਾਂ ਹੋ ਗਏ ਨਵੇਂ ਜਿਨ੍ਹਾਂ ਨੂੰ ਵਿਆਹਣਾ ਹੈ, ਪਰ ਜਿਹੜੇ ਵੀਹ ਪੱਚੀ ਸਾਲ ਤੋਂ ਵੀ ਰਹਿ ਰਹੇ ਨੇ ਇਕੱਠੇ ਪਰ ਉਹਨਾਂ 'ਚ ਵੀ ਡਾਇਵੋਰਸ ਰੇਟਸ ਵੱਧ ਰਹੇ ਨੇ, ਉਸ ਪਾਸੇ ਵੀ ਕਿਵੇਂ ਉਹ ਜਿਹੜੇ ਵਿਚਾਰਾਂ ਦਾ ਮਤਭੇਦ ਛੋਟੀ ਚੀਜ਼ ਤੋਂ ਸ਼ੁਰੂ ਹੋਇਆ ਵੱਧਦਾ ਵੱਧਦਾ ਇਸ ਲੈਵਲ 'ਤੇ ਆ ਗਿਆ ਉਹਨੂੰ ਵੀ ਕਿਵੇਂ ਠੀਕ ਕੀਤਾ ਜਾ ਸਕਦਾ ਹੈ, ਇਸ ਬਾਰੇ ਚਰਚਾ ਕਰਨੀ ਜੀ ਥੋੜ੍ਹੀ ਜਿਹੀ ਬ੍ਰੇਕ ਤੋਂ ਬਾਅਦ ਜੀ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ, ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1-866-794-8984 Business Solutions, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਪਤੀ ਪਤਨੀ ਵਿਚਕਾਰ ਕਿਵੇਂ ਬਿਹਤਰ ਸੰਬੰਧ ਹੋ ਸਕਦੇ ਨੇ ਅਤੇ ਇਸ ਵਾਸਤੇ ਗੁਰਬਾਣੀ ਦਾ ਕਿਹੜਾ ਸਹਾਰਾ ਲਿਆ ਜਾ ਸਕਦਾ ਹੈ, ਇਸ ਬਾਰੇ ਗੱਲਬਾਤ ਹੋ ਰਹੀ ਸੀ ਬ੍ਰੇਕ ਤੋਂ ਪਹਿਲਾਂ ਭਾਈ ਸਾਹਿਬ ਭਾਈ ਮੋਹਰ ਸਿੰਘ ਜੀ ਨਾਲ। ਆਓ ਇਸ ਸੰਬੰਧ ਵਿੱਚ ਹੋਰ ਚਰਚਾ ਕਰਦੇ ਹਾਂ ਕਿ ਇਹ ਜਿਹੜੀਆਂ ਤ੍ਰੇੜਾਂ ਵੱਧ ਰਹੀਆਂ ਨੇ ਇਹਨਾਂ ਨੂੰ ਕਿਵੇਂ ਅਸੀਂ ਰੋਕ ਸਕਦੇ ਹਾਂ ਅਤੇ ਕਿਵੇਂ ਹਰ ਇੱਕ ਕੋਈ ਜੋ ਹੈ ਖਾਸ ਤੌਰ 'ਤੇ ਹਸਬੈਂਡ ਅਤੇ ਵਾਈਫ ਕਿਵੇਂ ਆਪਣੇ ਆਪ ਵਿੱਚੋਂ ਤਬਦੀਲੀ ਲਿਆ ਸਕਦੇ ਨੇ ਜਿਸ ਨਾਲ ਕਿ ਰਿਸ਼ਤੇ ਜਿਹੜੇ ਨੇ ਉਹ ਸਟਰੋਂਗ ਹੋਣ। ਅੱਜ ਸਿੰਗਲ ਪੇਰੈਂਟਸ ਦਾ ਜਿਹੜਾ ਕੋਨਸੈਪਟ ਹੈ ਆਪਣੇ ਭਾਈਚਾਰੇ ਵਿੱਚ ਵੀ ਬਹੁਤ ਵੱਧ ਰਿਹਾ, ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਹਾਂ। ਸੋ ਭਾਈ ਸਾਹਿਬ, ਸਿੰਗਲ ਪੇਰੈਂਟਸ ਦੀ ਜਦ ਗੱਲ ਕਰਦੇ ਹਾਂ ਅਲਟੀਮੇਟਲੀ ਇਹ ਹੋ ਜਾਂਦਾ ਕਿ ਵੀ ਨਹੀਂ, ਇੱਕ ਤਾਂ ਹੁੰਦਾ ਨਹੀਂ, ਪਹਿਲਾਂ ਸਬਰ ਹੁੰਦਾ ਸੀ ਪੁਰਾਣੇ ਜਦੋਂ ਅਸੀਂ ਬਜ਼ੁਰਗ ਦੇਖਦੇ ਹਾਂ ਕਿ ਨਹੀਂ ਵੀ ਹਰ ਘਰ 'ਚ ਭਾਂਡਾ ਖੜਕਦਾ, ਇਹ ਕੋਈ ਗੱਲ ਛੁਪੀ ਨਹੀਂ ਹੈਗੀ, ਲੇਕਿਨ ਉਹ ਭਾਂਡਾ ਖੜਕ ਕੇ ਫਿਰ ਆਪਣੀ ਥਾਂ 'ਤੇ ਆ ਜਾਂਦਾ ਸੀ। ਅੱਜ ਤਾਂ ਭਾਂਡਾ ਖੜਕਦਾ ਬਾਅਦ 'ਚ ਤਾਂ ਪਹਿਲਾਂ ਹੀ ਰਸਤੇ ਵੱਖਰੇ ਹੋ ਜਾਂਦੇ ਨੇ। ਸੋ ਇਹ ਜਿਹੜਾ ਸਬਰ ਦਾ ਜਿਹੜਾ ਕੋਨਸੈਪਟ ਸਾਨੂੰ ਗੁਰੂ ਨੇ ਦਿੱਤਾ ਸੀ ਉਹ ਅੱਜ ਸਾਡੇ 'ਚੋਂ ਖਤਮ ਹੁੰਦਾ ਜਾ ਰਿਹਾ। ਸਬਰ ਦੀ ਕਿੰਨੀ ਅਹਿਮੀਅਤ ਹੈ ਹਸਬੈਂਡ ਵਾਈਫ ਦੇ ਰਿਲੇਸ਼ਨ ਵਿੱਚ ਅਤੇ ਜੇਕਰ ਇਸ ਨੂੰ ਸਟਰੋਂਗ ਕਰਨਾ ਹੋਏ ਕਿਵੇਂ ਕੀਤਾ ਜਾ ਸਕਦਾ? ਵੀਰੇ, ਜਿਸ ਤਰ੍ਹਾਂ ਅਸੀਂ ਪਹਿਲਾਂ ਵਿਚਾਰ ਕੀਤੀ ਸੀ ਕਿ ਹਸਬੈਂਡ ਵਾਈਫ ਉਹੀ ਸੁਖੀ ਵੱਸ ਸਕਦੇ ਨੇ ਜਿਨ੍ਹਾਂ ਦੀ ਵਿਚਾਰਕ ਸਾਂਝ ਹੋਵੇ, ਜੇਕਰ ਵਿਚਾਰਕ ਸਾਂਝ ਨਹੀਂ ਤਾਂ ਫਿਰ ਉਹਨਾਂ ਦੇ ਅੰਦਰ ਮਤਭੇਦ ਪੈਦਾ ਹੋਣਗੇ। ਰਾਈਟ। ਜੇ ਬਾਈ ਚਾਂਸ ਵਿਚਾਰਕ ਮਤਭੇਦ ਪੈਦਾ ਹੋ ਹੀ ਜਾਂਦੇ ਨੇ ਤਾਂ ਫਿਰ ਸਾਨੂੰ ਇਸ ਪਾਸੇ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਜੇ ਗੁਰੂ ਦੀ ਅਹਿਮੀਅਤ ਨੂੰ ਸਮਝ ਲਈਏ ਤਾਂ ਸ਼ਾਇਦ ਅਸੀਂ ਵਾਪਸ ਆ ਸਕਦੇ ਹਾਂ। ਰਾਈਟ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਤਲਾਕ ਸ਼ਬਦ ਨਹੀਂ ਹੈ। ਗੁਰੂ ਨੇ ਸਾਨੂੰ ਮਿਲਵਰਤਨ ਦਾ ਸਿਧਾਂਤ ਦਿੱਤਾ ਹੈ, ਔਰ ਜਿਵੇਂ ਅਸੀਂ ਪਹਿਲਾਂ ਪੰਕਤੀ ਪੜ੍ਹੀਏ ਕਿ ਧੰਨ ਪੀਰੇ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੁਇ ਮੂਰਤੀ ਧੰਨ ਪੀਰ ਕਹੀਆਂ ਸੋਏ। ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਦੋਂ ਅਸੀਂ ਮੱਥਾ ਟੇਕਿਆ ਸੀ ਚਾਰ ਲਾਵਾਂ ਦਾ ਪਾਠ ਸੁਣ ਕੇ, ਤਾਂ ਅਸੀਂ ਇਹ ਪ੍ਰਤਿਗਿਆ ਕੀਤੀ ਸੀ ਕਿ ਅਸੀਂ ਇਸ ਗੱਲ ਨੂੰ ਮੰਨਾਂਗੇ। ਰਾਈਟ, ਔਰ ਲਾਵਾਂ ਲੈਣ ਦਾ ਮਤਲਬ ਇਹ ਸੀ ਕਿ ਅਸੀਂ ਤੁਹਾਨੂੰ ਆਪਣੇ ਜੀਵਨ ਦਾ ਕੇਂਦਰ ਮੰਨ ਕੇ ਤੁਹਾਡੇ ਚਾਰ ਚੁਫੇਰੇ ਚੌਗਿਰਦੇ ਹੀ ਘੁੰਮਾਂਗੇ, ਅਸੀਂ ਆਪਣੀ ਸੋਚ ਨੂੰ ਦੂਰ ਨਹੀਂ ਲੈ ਜਾਵਾਂਗੇ। ਰਾਈਟ, ਤਾਂ ਉਸ ਗੱਲ ਨੂੰ ਯਾਦ ਕਰਦਿਆਂ ਹੋਇਆਂ ਪਤੀ ਔਰ ਪਤਨੀ ਨੂੰ ਫਿਰ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈਣਾ ਚਾਹੀਦਾ ਹੈ। ਤਲਾਕ ਵਾਸਤੇ ਅਦਾਲਤ 'ਚ ਜਾਣ ਤੋਂ ਪਹਿਲਾਂ ਜਿਵੇਂ ਉਹ ਇਕੱਠੇ ਹੋਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਏ ਸਨ ਨਾ, ਤਾਂ ਉਹਨਾਂ ਨੂੰ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਸ਼ਬਦ ਲੱਭਣਾ ਚਾਹੀਦਾ ਕਿ ਐਸਾ ਕੋਈ ਸ਼ਬਦ ਹੈ ਜਿਹੜਾ ਤਲਾਕ ਵਾਸਤੇ ਵਰਤਿਆ ਜਾ ਸਕਦਾ। ਤਾਂ ਜਦੋਂ ਅਸੀਂ ਇਹ ਪੜ੍ਹਨ ਦਾ ਯਤਨ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਸ਼ਬਦ ਹੈ ਹੀ ਨਹੀਂ ਤੋੜਦਾ ਹੋਵੇ। ਪਰ ਉਹੀ ਗੱਲ ਹੋ ਗਈ ਕਿ ਇਹ ਸੈਰੇਮਨੀ ਬਣ ਗਈ, ਸਿਰਫ ਆਨੰਦ ਕਾਰਜ ਜਿਹੜਾ ਇੱਕ ਸੈਰੇਮਨੀ ਹੈਗੀ ਹੈ, ਜਿਸ ਦੇ ਵਿੱਚ ਕਿ ਜੋ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਚਾਰ ਲਾਵਾਂ ਦਾ ਕੀ ਮਤਲਬ ਹੈ, ਕੀ ਮਕਸਦ ਸੀ ਗੁਰੂ ਦਾ ਇਹ ਲਿਖਣ ਦਾ, ਇਹ ਪ੍ਰਚਾਰਿਆ ਨਹੀਂ ਜਾਂਦਾ, ਜਿਸ ਕਰਕੇ ਨੌਜਵਾਨ ਪੀੜ੍ਹੀ ਇਹੀ ਸਮਝਦੀ ਹੈ ਕਿ ਜੀ ਸਿਰਫ ਅਸੀਂ ਆਪਣੀ ਇੱਕ ਸੈਰੇਮਨੀ ਕੀਤੀ, ਚਾਰ ਲਾਵਾਂ ਲਈਆਂ, ਅਸੀਂ ਹਸਬੈਂਡ ਵਾਈਫ ਬਣ ਗਏ, ਉਸ ਤੋਂ ਬਾਅਦ ਤਾਂ ਅਸੀਂ ਸ਼ਾਇਦ ਹੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਕੋਈ ਸਪੋਰਟ ਲੈਣੀ ਹੈਗੀ। ਹਾਂਜੀ, ਗੁਰਮਤ ਦਾ ਜਿਹੜਾ ਕੋਨਸੈਪਟ ਸੀ, ਅਸੀਂ ਜਦੋਂ ਦੁਨੀਆਂ ਦੇ ਵਿੱਚ ਵਿਆਹ ਦਾ ਕੋਨਸੈਪਟ ਆ, ਤਾਂ ਉਹ ਸਿਰਫ ਇੱਕ ਮੌਜ ਮੇਲੇ ਤੱਕ ਜਾਂ ਸਰੀਰਕ ਸੁੱਖ ਤੱਕ ਸੀਮਤ ਹੈ। ਗੁਰਮਤ ਨੇ ਵਿਆਹ ਨੂੰ ਨਾਮ ਦਿੱਤਾ ਆਨੰਦ ਕਾਰਜ ਦਾ। ਠੀਕ, ਉਹ ਕਾਰਜ ਜਿਸ ਤਰ੍ਹਾਂ ਹੀ ਜ਼ਿੰਦਗੀ ਦੇ ਅੰਦਰ ਆਨੰਦ ਮਿਲੇ, ਆਨੰਦ ਪੈਦਾ ਹੋਣਾ, ਖੁਸ਼ੀਆਂ। ਔਰ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਪੜ੍ਹਦੇ ਹਾਂ, ਆਨੰਦ ਕਾਰਜ ਦੇ ਸਮੇਂ ਜਿੱਥੇ ਬੱਚੀ ਔਰ ਬੱਚੇ ਨੂੰ ਵੱਖਰਾ ਵੱਖਰਾ ਉਪਦੇਸ਼ ਦਿੱਤਾ ਜਾਂਦਾ ਹੈ ਕਿ ਤੁਸੀਂ ਉੱਚੇ ਸੁੱਚੇ ਆਚਰਨ ਨੂੰ ਅਪਣਾ ਕੇ ਰਹਿਣ ਦਾ ਯਤਨ ਕਰਨਾ ਜੀ, ਉੱਥੇ ਇੱਕ ਬੜੀ ਗਜ਼ਬ ਦੀ ਗੱਲ ਲਿਖੀ ਹੈ ਜਿਹੜੀ ਕਿ ਆਮ ਆਨੰਦ ਕਾਰਜ 'ਤੇ ਬੋਲ ਕੇ ਨਹੀਂ ਦੱਸੀ ਜਾਂਦੀ, ਕਿਉਂਕਿ ਅਸੀਂ ਟਾਈਮ ਹੀ ਨਹੀਂ ਦਿੰਦੇ ਭਾਈ ਸਾਹਿਬਾਨ ਨੂੰ, ਗ੍ਰੰਥੀ ਸਾਹਿਬਾਨ ਨੂੰ ਬੋਲਣ ਦਾ। ਤਾਂ ਬੜੀ ਪਿਆਰੇ ਇੱਕ ਬਚਨ ਲਿਖਿਆ ਕਿ ਜਿੱਥੇ ਤੁਸੀਂ ਤੁਸੀਂ ਦੋਵਾਂ ਪਤੀ ਪਤਨੀ ਨੇ ਜਿੱਥੇ ਗ੍ਰਸਥ ਧਰਮ ਨੂੰ ਨਿਭਾਉਣਾ, ਤਾਂ ਉੱਥੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਕਰਕੇ ਆਪਣੇ ਸਾਂਝੇ ਪਰਤਾ ਅਕਾਲ ਪੁਰਖ ਨੂੰ ਖੁਸ਼ ਕਰਨ ਦਾ ਯਤਨ ਕਰਨਾ ਔਰ ਉਹਦੇ ਵਿੱਚ ਅਪੇਧ ਹੋਣਾ। ਜੇਕਰ ਇਹ ਕੋਨਸੈਪਟ ਸਮਝਾਇਆ ਜਾਂਦਾ ਕਿ ਤੁਸੀਂ ਰੱਬ ਵਰਗੇ ਬਣ ਕੇ ਜਿਣਾ, ਤਾਂ ਜ਼ਿੰਦਗੀ ਵਿੱਚ ਪ੍ਰੋਬਲਮ ਨਾ ਆਉਂਦੀ। ਕਿਉਂਕਿ ਹਿੰਦੁਸਤਾਨ ਦੀ ਸੱਭਿਅਤਾ ਵਿੱਚ ਪਤਨੀ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਪਤੀ ਨੂੰ ਪਰਮੇਸ਼ਰ ਸਮਝਣਾ, ਆਮ ਅਸੀਂ ਪਤੀ ਪਰਮੇਸ਼ਰ ਕਹਿੰਦੇ ਹਾਂ। ਰਾਈਟ, ਔਰ ਪਤੀ ਨੂੰ ਕਿਹਾ ਕਿ ਤੁਸੀਂ ਆਪਣੀ ਘਰਵਾਲੀ ਨੂੰ ਦੇਵੀ ਸਮਝਣਾ। ਠੀਕ, ਨਿਰਾ ਸਮਝਣਾ ਹੀ ਨਹੀਂ ਕਿ ਪਤੀ ਪਰਮੇਸ਼ਰ ਬਣ ਕੇ ਰਹੇ ਔਰ ਔਰਤ ਦੇਵੀ ਬਣ ਕੇ ਰਹੇ ਜੀ। ਘਰਵਾਲੇ ਨੂੰ ਔਰਤ ਦਿਸੇ ਦੇਵੀ ਔਰ ਘਰਵਾਲੀ ਨੂੰ ਆਦਮੀ ਦਿਸੇ ਪਤੀ ਜੀ। ਤਾਂ ਜਿੱਥੇ ਇੱਕ ਦੂਜੇ ਨੂੰ ਦੇਵੀ ਔਰ ਪਰਮੇਸ਼ਰ ਦੇ ਰੂਪ ਵਿੱਚ ਵੇਖਣਗੇ ਔਰ ਦੇਵੀ ਔਰ ਪਰਮੇਸ਼ਰ ਦੇ ਰੂਪ ਵਿੱਚ ਬਣ ਕੇ ਰਹਿਣਗੇ ਜੀ, ਔਰ ਦੇਵੀ ਔਰ ਪਰਮੇਸ਼ਰ ਦੇ ਰੂਪ ਵਿੱਚ ਦਿਸਣਗੇ ਤਾਂ ਉਹ ਘਰ ਸਵਰਗ ਬਣ ਜਾਏਗਾ। ਤੇ ਜਿੱਥੇ ਘਰਵਾਲੇ ਨੂੰ ਘਰਵਾਲੀ ਦਿਸੇ ਚੜੇਲ ਤੇ ਪਤਨੀ ਨੂੰ ਪਤੀ ਦਿਸੇ ਭੂਤਨਾ, ਔਰ ਚੜੇਲ ਤੇ ਭੂਤਨਾ ਬਣ ਕੇ ਰਹਿਣਗੇ ਤਾਂ ਉਹ ਘਰ ਉਜੜੇਗਾ। ਇਸ ਕਰਕੇ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ, ਔਰ ਇਹ ਘਰ ਸਾਡੇ ਸੁੱਖਾਂ ਦੇ ਸਾਧਨ ਬਣ ਸਕਦੇ ਨੇ, ਸਾਡਾ ਘਰ ਸਵਰਗ ਬਣ ਸਕਦਾ, ਘਰ ਘਰ ਅੰਦਰ ਧਰਮਸਾਲ ਹੋ ਸਕਦੀ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਾਰਾ ਲਈਏ। ਪ੍ਰੋਬਲਮ ਇਹ ਵੇ ਕਿ ਅੱਜ ਅਸੀਂ ਗੁਰਬਾਣੀ ਨਾਲੋਂ ਟੁੱਟ ਗਏ ਹਾਂ। ਜੇਕਰ ਪਤੀ ਪਤਨੀ ਡੇਲੀ ਗੁਰਬਾਣੀ ਦੇ ਇੱਕ ਸ਼ਬਦ ਦਾ ਮੀਨਿੰਗ ਰੋਜ਼ ਪੜ੍ਹਦੇ ਰਹਿਣਾ, ਤਾਂ ਕਦੇ ਐਸਾ ਸਮੱਸਿਆ ਆਵੇਗੀ। ਅੱਛਾ, ਬ੍ਰੇਕ ਤੋਂ ਪਹਿਲਾਂ ਜਿਹੜਾ ਮੈਂ ਜ਼ਿਕਰ ਕੀਤਾ ਸੀ ਜੀ ਚੋਣ ਦਾ, ਕਿਉਂਕਿ ਇੱਥੋਂ ਇਹ ਮੁਲਕਾਂ ਜਿੱਥੇ ਅਸੀਂ ਰਹਿ ਰਹੇ ਹਾਂ, ਇੱਥੇ ਜ਼ਿਆਦਾਤਰ ਇਹੀ ਹੋ ਰਿਹਾ ਕਿ ਅਸੀਂ ਰਹਿੰਦੇ ਤਾਂ ਇੱਥੇ ਹਾਂ, ਬੱਚੇ ਇੱਥੇ ਹੀ ਵੱਡੇ ਹੁੰਦੇ ਨੇ, ਪਰ ਅਸੀਂ ਜਾ ਕੇ ਜ਼ਿਆਦਾਤਰ ਕੋਸ਼ਿਸ਼ ਇਹੀ ਕਰਨੀ ਹੈ ਕਿ ਹਿੰਦੁਸਤਾਨ 'ਚ ਜਾ ਕੇ ਨੂੰ ਜਾਂ ਜਿਹੜਾ ਸਾਡਾ ਜਵਾਈ ਹੈਗਾ ਉਸਨੂੰ ਲੱਭ ਕੇ ਆਈਏ। ਤਾਂ ਉਹਦੇ 'ਚ ਮਾਂ ਪਿਓ ਜਿਹੜੇ ਨੇ ਉਹ ਬੜਾ ਇੱਕ ਅਹਿਮ ਰੋਲ ਪਲੇ ਕਰਦੇ ਨੇ। ਇਸ ਸੰਬੰਧ ਥੋੜ੍ਹਾ ਦੱਸੋ ਕਿ ਜਦੋਂ ਉੱਥੇ ਜਾ ਕੇ ਤੁਸੀਂ, ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ ਕਿ ਆਪਣੇ ਸੱਭਿਅਤਾ ਨਾਲ ਤੁਸੀਂ ਜੁੜ ਰਹੇ ਹੋ, ਉੱਥੋਂ ਤੁਸੀਂ ਕੋਈ ਚੀਜ਼ ਨੂੰ ਲੈ ਕੇ ਆ ਰਹੇ ਹੋ, ਪਰ ਉਸ ਸਮੇਂ ਕਿਹੜੀ ਚੀਜ਼ ਦਾ ਤੁਹਾਡੇ ਦਿਮਾਗ 'ਚ ਕਾਬਜ਼ ਹੋਣੀ ਚਾਹੀਦੀ ਹੈ? ਸਿਰਫ ਇਹ ਨਹੀਂ ਕਿ ਜੀ ਅਸੀਂ ਉੱਥੋਂ ਲੈ ਆਈਏ ਮਾਇਕ ਤੌਰ 'ਤੇ ਜਾਂ ਕੋਈ ਹੋਰ ਚੀਜ਼ਾਂ ਨੂੰ ਦੇਖ ਕੇ, ਉਸ ਸਮੇਂ ਕੀ ਧਿਆਨ ਤੁਸੀਂ ਪੇਰੈਂਟਸ ਨੂੰ ਕਹੋਗੇ ਜਦੋਂ ਆਪਣੇ ਬੱਚਿਆਂ ਵਾਸਤੇ ਲੱਭਣੇ ਹੈਗੇ ਨੇ? ਗੁਰਬਾਣੀ ਨੇ ਜੋ ਸਾਨੂੰ ਸਿਧਾਂਤ ਦਿੱਤਾ, ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀ। ਕੁੜਮ ਸ਼ਬਦ ਜਿਹੜਾ ਨਾ ਕੋੜਮੇ ਤੋਂ ਬਣਿਆ ਜੀ, ਅਸੀਂ ਕਹਿੰਦੇ ਹਾਂ ਕਿ ਉਹਦਾ ਕੋੜਮਾ ਬਹੁਤ ਵੱਡਾ ਹੈ। ਤਾਂ ਹੁਣ ਜਿਹੜੀ ਕੁੜਮਾਈ ਹੈ, ਜਿੱਥੇ ਬੱਚੀ ਬੱਚੇ ਦਾ ਅਸੀਂ ਇੱਕ ਬੰਧਨ ਵਿੱਚ ਬੰਧਨ ਦਾ ਨਿਯਮ ਬਣਾਉਣਾ ਹੈ ਜਾਂ ਅਸੀਂ ਸਗਨ ਵਗੈਰਾ ਲਗਾਉਣਾ ਹੈ, ਤਾਂ ਉੱਥੇ ਕੋੜਮਾ ਇਕੱਠਾ ਹੋਣਾ ਚਾਹੀਦਾ ਹੈ, ਪਰਿਵਾਰ ਲੜਕੀ ਦਾ ਵੀ ਔਰ ਲੜਕੇ ਦਾ ਵੀ। ਉਹ ਦੋਵੇਂ ਮਿਲ ਕੇ ਵੀ ਵਿਚਾਰ ਕਰਨ ਕਿ ਸਾਡੇ ਕੀ ਪਰਿਵਾਰਕ ਤੌਰ 'ਤੇ ਸਾਂਝ ਬਣ ਸਕਦੀ ਹੈ ਜੀ, ਔਰ ਲੜਕੀ ਅਤੇ ਲੜਕੇ ਦੀ ਵੀ ਜਿਹੜੀ ਹੈ ਨਾ ਸਲਾਹ ਰਾਏ ਲਈ ਜਾਵੇ, ਉਹਨਾਂ ਦੇ ਉੱਤੇ ਥੋਪਿਆ ਨਾ ਜਾਏ। ਉੱਥੇ ਦੋ ਚੀਜ਼ਾਂ ਗੁਰੂ ਜੀ ਕਹਿ ਰਹੇ ਨੇ, ਸਤ ਸੰਤੋਖ ਕਰ ਪਾਓ, ਇੱਕ ਤਾਂ ਸੱਚਾਈ ਹੋਏ
ਉੱਥੇ ਝੂਠ ਫਰੀਬ ਨਾ ਹੋਵੇ, ਜਿਹੜੇ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਵਿਚੋਲਗੀ ਕਰਨ ਲੱਗੇ ਆਮ ਲੋਕ ਪਰਦਾ ਰੱਖ ਸਕਦੇ ਨੇ। ਔਰ ਵਿਚੋਲੇ ਦਾ ਨਾਮ ਹੀ ਰੱਖਿਆ ਹੁੰਦਾ ਕਿ ਵਿੱਚ ਓਹਲਾ, ਜਿਹੜਾ ਵਿੱਚ ਓਹਲਾ ਰੱਖਦਾ, ਜਿੱਥੇ ਓਹਲਾ ਹੋਏਗਾ ਬਾਅਦ ਦੇ ਵਿੱਚ ਉਸ ਓਹਲੇ ਨੇ ਹਟਣਾ ਤਾਂ ਰਿਸ਼ਤਾ ਨਾਤਾ ਟੁੱਟੇਗਾ। ਠੀਕ। ਇਸ ਲਈ ਪਹਿਲਾ ਨਿਯਮ ਕਿ ਸੱਚਾਈ ਹੋਵੇ। ਠੀਕ। ਦੂਜਾ ਸੱਤ ਸੰਤੋਖ, ਦੂਜਾ ਉੱਥੇ ਸੰਤੋਖ ਹੋਵੇ। ਦੇਖੋ ਅੱਜ ਅਸੀਂ ਦਾਜ ਦਹੇਜ ਦੀਆਂ ਬਹੁਤ ਵੱਡੀਆਂ ਵੱਡੀਆਂ ਮੰਗਾਂ ਕਰਦੇ ਹਾਂ, ਜਿੱਥੇ ਸੱਤ ਔਰ ਸੰਤੋਖ ਹੋਏਗਾ ਉੱਥੇ ਭਾਓ ਪ੍ਰੇਮ ਪੈਦਾ ਹੋਏਗਾ, ਉਹ ਪ੍ਰੇਮ ਫਿਰ ਕਦੀ ਟੁੱਟੇਗਾ ਨਹੀਂ। ਪਰ ਜਿੱਥੇ ਝੂਠ ਔਰ ਲੋਭ ਹੋਏਗਾ ਉੱਥੇ ਈਰਖਾ ਦੀ ਅੱਗ ਬਲੇਗੀ, ਉਹ ਰਿਸ਼ਤਾ ਨਾਤਾ ਟੁੱਟੇਗਾ। ਇਸ ਲਈ ਸਭ ਤੋਂ ਪਹਿਲਾਂ ਚਾਹੇ ਬੱਚੀ ਔਰ ਬੱਚਾ ਨੇ ਔਰ ਚਾਹੇ ਮਾਂ ਬਾਪ ਨੇ, ਉਹਨਾਂ ਨੂੰ ਸੱਚ ਨੂੰ ਬੇਸ ਬਣਾਉਣਾ ਚਾਹੀਦਾ ਹੈ ਔਰ ਸੰਤੋਖ ਹੋਣਾ ਚਾਹੀਦਾ। ਇਸ ਤੋਂ ਇਲਾਵਾ ਜੋ ਦੁਨੀਆਦਾਰੀ ਦੇ ਤਲ ਤੇ ਸਾਨੂੰ ਕੁਛ ਸਮਾਨਤਾਵਾਂ ਵੇਖਣੀਆਂ ਚਾਹੀਦੀਆਂ ਨੇ ਜਿਸ ਕਰਕੇ ਸਾਡੀ ਬਾਅਦ ਦੇ ਵਿੱਚ ਗੜਬੜ ਨਾ ਹੋਏ, ਤਾਂ ਉਹਦੇ ਵਾਸਤੇ ਸਾਨੂੰ ਇੱਕ ਤਾਂ ਜ਼ਰੂਰਤ ਹੈਗੀ ਹੈ ਕਿ ਜੀਵਨ ਸਾਥੀ ਦੀ ਚੋਣ ਵਾਸਤੇ ਕੇਵਲ ਸੁੰਦਰਤਾ ਨੂੰ ਨਾ ਵੇਖਿਆ ਜਾਏ, ਕਿਉਂਕਿ ਬਹੁਤ ਲੋਕ ਸੋਹਣਾ ਮੁੰਡਾ ਔਰ ਸੋਹਣੀ ਕੁੜੀ ਵੇਖਦੇ ਨੇ, ਉਹਨਾਂ ਦੇ ਗੁਣ ਨਹੀਂ ਵੇਖੇ ਜਾਂਦੇ। ਗੁਰਬਾਣੀ ਸਾਨੂੰ ਗਾਈਡ ਕਰਦੀ ਕਿ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਰਹੇ ਨੇ ਅਸਲੀ ਸੋਹਣੇ ਉਹ ਨੇ। ਜੇ ਅਸੀਂ ਇਸ ਮਾਨਸਿਕਤਾ ਦੀ ਸੁੰਦਰਤਾ ਨੂੰ ਅਪਣਾ ਲਈਏ ਤਾਂ ਆਉਣ ਵਾਲੇ ਟਾਈਮ ਵਿੱਚ ਗੜਬੜ ਨਹੀਂ ਹੁੰਦੀ। ਇਸ ਲਈ ਨਿਰੀ ਬਾਹਰੀ ਸੁੰਦਰਤਾ ਨਾ ਵੇਖੀ ਜਾਏ, ਉਹਦੀ ਮਾਨਸਿਕਤਾ ਨੂੰ ਵੇਖਣ ਦਾ ਯਤਨ ਕੀਤਾ ਜਾਏ। ਰਾਈਟ। ਉਸ ਤੋਂ ਬਾਅਦ ਹੈ ਕਿ ਉਮਰ ਦੀ ਵੀ ਵੇਖਣਾ ਚਾਹੀਦਾ। ਅਸੀਂ ਕਈ ਵਾਰ ਦੇਖਦੇ ਹਾਂ ਕਿ ਮੁੰਡੇ ਦੀ ਉਮਰ 10-15 ਸਾਲ ਵੱਡੀ ਹੁੰਦੀ ਹੈ, ਲੜਕੀ ਦੀ ਛੋਟੀ ਹੁੰਦੀ ਹੈ, ਜਾਂ ਲੜਕੀ ਵੱਡੀ ਹੁੰਦੀ ਉਮਰ ਲੜਕੇ ਦੀ ਛੋਟੀ ਹੁੰਦੀ ਹੈ, ਤਾਂ ਬਾਅਦ ਦੇ ਵਿੱਚ ਜਿਹੜਾ ਉਮਰ ਦਾ ਡਿਫਰੈਂਸ ਹੈਗਾ ਇਹ ਵੀ ਸਾਡੀ ਦੂਰੀ ਦਾ ਇੱਕ ਕਾਰਨ ਬਣਦਾ ਹੈ। ਤਾਂ ਹਮ ਉਮਰ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ। ਠੀਕ ਹੈ। ਦੂਜੀ ਗੱਲ ਹੈਗੀ ਕਿ ਬੌਧਿਕਤਾ ਵੇਖੀ ਜਾਵੇ ਕਿ ਜਿਸ ਲੜਕੀ ਔਰ ਲੜਕੇ ਦੀ ਅਸੀਂ ਮੰਗਣੀ ਕਰ ਰਹੇ ਹਾਂ ਕਿ ਉਹਨਾਂ ਦਾ ਮੈਂਟਲ ਲੈਵਲ ਇੱਕ ਹੀ ਹੈ, ਉਹਨਾਂ ਦੀ ਜਿਹੜੀ ਦੁਨਿਆਵੀ ਪੜ੍ਹਾਈ ਹੈ ਜਾਂ ਉਹਨਾਂ ਦੀ ਸੋਚ ਹੈਗੀ ਹੈ, ਉਹਨਾਂ ਦੀ ਇੱਕ ਹੈ ਕਿ ਡਿਫਰੈਂਟ ਹੈਗੀ, ਜੇ ਬੌਧਿਕਤਾ ਇੱਕ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਅੰਦਰ ਪ੍ਰੋਬਲਮ ਹੋਵੇਗੀ। ਇਸ ਕਰਕੇ ਸਾਨੂੰ ਚੋਣ ਕਰਨ ਲੱਗਿਆਂ ਬੌਧਿਕਤਾ ਵੇਖਣੀ ਚਾਹੀਦੀ ਹੈ। ਠੀਕ। ਔਰ ਤੀਜੇ ਨੰਬਰ 'ਤੇ ਸਾਨੂੰ ਉਹਨਾਂ ਦੀ ਮਾਨਸਿਕਤਾ ਵੇਖਣੀ ਚਾਹੀਦੀ ਕਿ ਉਹਨਾਂ ਦੀ ਮੈਂਟੈਲਿਟੀ ਕੈਸੀ ਹੈ। ਠੀਕ। ਉਹ ਪਰਿਵਾਰ ਦੇ ਵਿੱਚ ਪਤੀ ਪਤਨੀ ਬਣਨਾ ਚਾਹੁੰਦੇ ਨੇ ਕਿਸ ਚੀਜ਼ ਨੂੰ ਲੈ ਕੇ, ਜੇ ਤਾਂ ਅੰਦਰ ਕੋਈ ਸਵਾਰਥ ਹੈ ਤਾਂ ਉਹ ਸਵਾਰਥ ਵਾਲਾ ਰਿਸ਼ਤਾ ਟੁੱਟੇਗਾ, ਜਾਂ ਲੱਭ ਤਾਂ ਨਹੀਂ ਕਿਹਾ, ਲੱਭ ਤਾਂ ਕੂੜਾ ਨਹੀਂ, ਕਿੱਚਰ ਚੱਤ ਲੰਘਾਈ ਹੈ, ਛੱਪਰ ਟੁੱਟੇ ਨੇ, ਤਾਂ ਉੱਥੇ ਏਕ ਜੋ ਦਵਿਮੂਰਤੀ ਹੋਣ ਵਾਲੀ ਭਾਵਨਾ ਦੋਵਾਂ ਦੇ ਵਿੱਚ ਹੋਣੀ ਚਾਹੀਦੀ ਹੈ, ਔਰ ਉਹਨਾਂ ਦੀ ਮਾਨਸਿਕਤਾ ਜਿਹੜੀ ਹੈ ਬੜੀ ਵਿਸ਼ਾਲ ਹੋਣੀ ਚਾਹੀਦੀ ਹੈ। ਠੀਕ। ਅਤੇ ਖਾਸ ਜਿਹੜੀ ਚੀਜ਼ ਹੈ ਲੜਕੀ ਔਰ ਲੜਕੇ ਨੂੰ ਜਾਂ ਪਰਿਵਾਰ ਨੂੰ ਇਕੱਠਿਆਂ ਹੋ ਕੇ ਇਹ ਸੋਚ ਲੈਣਾ ਚਾਹੀਦਾ ਕਿ ਮੇਰੀ ਜ਼ਿੰਦਗੀ ਦਾ ਏਮ ਕੀ ਹੈ, ਮਕਸਦ। ਜੇ ਲੜਕੀ ਦਾ ਏਮ ਵੱਖਰਾ ਹੈ ਔਰ ਲੜਕੇ ਦਾ ਏਮ ਵੱਖਰਾ ਹੈ, ਉਸ ਅਲੱਗ ਅਲੱਗ ਏਮ ਵਾਲੇ ਨੂੰ ਜੇ ਤੁਸੀਂ ਇਕੱਠਾ ਕਰ ਦੋਗੇ ਤਾਂ ਉਹ ਇਕੱਠੇ ਨਹੀਂ ਰਹਿਣਗੇ, ਥੋੜ੍ਹੇ ਦਿਨਾਂ ਬਾਅਦ ਤਲਾਕ ਤੱਕ ਨੌਬਤ ਪਹੁੰਚੇਗੀ, ਜਾਂ ਉਹ ਜੇ ਜ਼ਿੰਦਗੀ ਜੀਣਗੇ ਵੀ ਤਾਂ ਉਹ ਜ਼ਿੰਦਗੀ ਨੂੰ ਢੋ ਰਹੇ ਹੋਣਗੇ, ਮਾਣ ਨਹੀਂ ਰਹੇ ਹੋਣਗੇ। ਰਾਈਟ। ਇਸ ਲਈ ਏਮ ਉਹਨਾਂ ਨੂੰ ਬਣਾ ਲੈਣਾ ਚਾਹੀਦਾ। ਮੈਂ ਏਮ ਕਿਹਨੂੰ ਕਹਿ ਰਿਹਾ, ਰਾਜਨੀਤਿਕ, ਧਾਰਮਿਕ, ਆਰਥਿਕ ਔਰ ਸਮਾਜਿਕ। ਠੀਕ। ਕਿ ਅਸੀਂ ਕਿਹੜੀ ਰਾਜਨੀਤਿਕ ਪਾਰਟੀ ਨੂੰ ਫੋਲੋ ਕਰਨਾ ਹੈ, ਜਾਂ ਰਾਜਨੀਤਿਕ ਤੌਰ 'ਤੇ ਸਾਡੇ ਕੀ ਵਿਚਾਰ ਨੇ, ਉਹਨਾਂ ਦਾ ਇੱਕ ਏਮ ਹੋਣਾ ਚਾਹੀਦਾ। ਠੀਕ। ਧਾਰਮਿਕ ਤੌਰ 'ਤੇ ਇੱਕ ਹੋਣਾ ਚਾਹੀਦਾ। ਜੇ ਇੰਟਰ ਰਿਲੀਜਨ ਰਿਸ਼ਤਾ ਹੋ ਜਾਂਦਾ ਹੈ ਤਾਂ ਇੰਟਰ ਰਿਲੀਜਨ ਜਿੰਨੇ ਵੀ ਰਿਸ਼ਤੇ ਹੋਏ ਨੇ ਕਰੀਬ ਕਰੀਬ ਉਹ ਟੁੱਟੇ ਨੇ। ਇੱਕ ਰਿਲੀਜਨ ਦੇ ਅੰਦਰ ਇੰਟਰ ਕਾਸਟ ਤਾਂ ਚੱਲੇਗਾ ਕਿਉਂਕਿ ਕਾਸਟਿਜ਼ਮ ਨੂੰ ਸਿੱਖਿਜ਼ਮ ਮੰਨਦਾ ਹੀ ਨਹੀਂ, ਲੇਕਿਨ ਇੰਟਰ ਰਿਲੀਜਨ ਦੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਔਰ ਜਿਹੜੀ ਅੱਜ ਕੱਲ੍ਹ ਆ ਰਹੀ ਹੈ, ਉਹ ਬੱਚਿਆਂ ਨੂੰ ਸੋਚ ਲੈਣਾ ਚਾਹੀਦਾ ਕਿ ਜੇ ਇੰਟਰ ਰਿਲੀਜਨ ਅਸੀਂ ਕਰਾਂਗੇ ਤਾਂ ਅਸੀਂ ਆਪਣੇ ਮਾਂ ਬਾਪ ਦੇ ਨਾਲੋਂ ਵੀ ਟੁੱਟ ਜਾਵਾਂਗੇ, ਸਮਾਜ ਨਾਲੋਂ ਵੀ ਟੁੱਟਾਂਗੇ, ਅਤੇ ਉਹ ਆਖਿਰ ਦੂਰੀ ਦਾ ਕਾਰਨ ਔਰ ਡਿਪਰੈਸ਼ਨ ਦਾ ਕਾਰਨ ਜਿਹੜਾ ਬਣੇਗਾ। ਤੀਜਾ ਹੈਗਾ ਆਰਥਿਕ ਏਮ ਜੀ, ਕਿ ਮੈਂ ਪੈਸਾ ਕਿੰਨਾ ਕਮਾਉਣਾ ਹੈ, ਉਹਦਾ ਬਜਟ ਮਤਲਬ ਕੀ ਹੈਗਾ। ਆਰਥਿਕ ਏਮ ਜੇ ਉਹਨਾਂ ਦਾ ਇੱਕ ਹੈਗਾ ਤਾਂ ਫਿਰ ਉਹ ਨਹੀਂ ਟੁੱਟਣਗੇ। ਰਾਈਟ। ਔਰ ਫਿਰ ਹੈਗਾ ਕਿ ਉਹਨਾਂ ਦਾ ਜਿਹੜਾ ਪਰਿਵਾਰਕ ਏਮ ਹੈਗਾ ਉਹ ਉਹਨਾਂ ਦਾ ਕੀ ਹੈਗਾ। ਬਿਲਕੁਲ। ਇਸੇ ਤਰ੍ਹਾਂ ਸਰੀਰਕ ਏਮ ਕੀ ਹੈ, ਮਾਨਸਿਕ, ਬੌਧਿਕ ਔਰ ਆਤਮਿਕ ਏਮ ਕੀ ਹੈ, ਜੇ ਉਹਨਾਂ ਦਾ ਇੱਕ ਏਮ ਹੋਏ ਇਹਨਾਂ ਚੀਜ਼ਾਂ ਦੀ ਚੋਣ ਕਰ ਲਈ ਜਾਵੇ ਤਾਂ ਮੈਂ ਗਾਰੰਟੀ ਦੇ ਨਾਲ ਕਹਿ ਸਕਦਾ ਕਿ ਫਿਰ ਉਹਨਾਂ ਦੇ ਅੰਦਰ ਕੋਈ ਗੱਲ। ਬਿਲਕੁਲ। ਇਹ ਤਦੀ ਹੋਏਗਾ ਜੇਕਰ ਕਮਿਊਨੀਕੇਸ਼ਨ ਲਾਈਨਸ ਓਪਨ ਰੱਖੀਆਂ ਜਾਣ, ਉਹ ਤਰੇੜਾਂ ਜਿਹੜੀਆਂ ਨੇ ਉਹਨਾਂ ਨੂੰ ਛੇਤੀ ਹੀ ਭਰ ਦਿੱਤਾ ਜਾਏ, ਨਾ ਕਿ ਉਹਨਾਂ ਨੂੰ ਫੈਲਣ ਦਿੱਤਾ ਜਾਵੇ ਕਿ ਉਹ ਤਲਾਕ ਤੱਕ ਨੌਬਤ ਪਹੁੰਚੇ। ਅਤੇ ਆਸ ਕਰਦੇ ਹਾਂ ਕਿ ਜੋ ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਾਰਾ ਲੈ ਕੇ ਜੋ ਅਸੀਂ ਆਪਣੇ ਜੀਵਨ ਵਿੱਚੋਂ ਪਰਿਵਰਤਨ ਲਿਆ ਸਕਦੇ ਹਾਂ, ਉਸ ਦਾ ਜ਼ਰੂਰ ਬੈਨੀਫਿਟ ਲੈਣਗੇ ਲੋਕ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ, harpreetsingshow@gmail.com। ਇਹ ਸਾਰੇ ਐਪੀਸੋਡਸ youtube.com 'ਤੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ, ਅਤੇ ਉਸ ਦੇ ਨਾਲ ਹੀ ਸਾਡੀ ਵੈਬਸਾਈਟ 'ਤੇ ਵੀ ਜਾ ਕੇ ਇਹ ਸਾਰੇ ਆਰਕਾਈਵਡ ਐਪੀਸੋਡਸ ਦੇਖ ਸਕਦੇ ਹੋ। ਆਰਕਾਈਵ ਜਿਹੜੇ ਐਪੀਸੋਡਸ ਦੇਖਣਾ ਚਾਹੁੰਦੇ ਉਹ ਹਨ harpreetsingshow.com ਦੇ ਉੱਤੇ। ਲੈਣਾ ਜੀ ਇੱਥੇ ਹੀ ਆ ਗਿਆ, ਫਿਰ ਮੁਲਾਕਾਤ ਹੋਏਗੀ, ਤਦ ਤੱਕ ਗੁੱਡ ਬਾਏ।